ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਸਾਡਾ ਜਿਹੜਾ ਯੂਥ ਹੈਗਾ ਉਹ ਬਹੁਤ ਲੀਡ ਕਰ ਰਿਹਾ ਸਿਸਟਮ ਨੂੰ ਚੇਂਜ ਕਰਨ ਦੇ ਲਈ ਤਾਂ ਇਹ ਲੀਡ ਖਾਸ ਤੌਰ ਤੇ 2017 ਦੇ ਇਲੈਕਸ਼ਨ ਵਿੱਚ ਦੇਖੀ ਜਾ ਰਹੀ ਆ ਇੰਟਰਸਟਿੰਗ ਇਲੈਕਸ਼ਨ ਆ ਯੂਥ ਬਹੁਤ ਜ਼ਿਆਦਾ ਪਾਰਟਿਸਪੇਟ ਕਰ ਰਿਹਾ ਆ ਅਰਾਊਂਡ ਦਾ ਫਿਗਰ 55 ਜਾਂ 60% ਜਿਹੜਾ ਵੋਟਰ ਹੈ ਉਹ ਸਾਡਾ 18 ਤੋਂ ਲੈ ਕੇ 35 ਜਾਂ 39 ਸਾਲ ਤੱਕ ਦਾ ਤਾਂ ਇਦੇ ਵਿੱਚ ਇੱਕ ਚੀਜ਼ ਜਿਹੜੀ ਸਾਨੂੰ ਸਾਹਮਣੇ ਆ ਰਹੀ ਹੈ ਕਿ ਲੱਖਾਂ ਦੀ ਤਦਾਦ ਦੇ ਹਿਸਾਬ ਨਾਲ 18 ਤੋਂ ਲੈ ਕੇ 21 ਸਾਲ ਦੇ ਜਿਹੜੇ ਆਪਣੇ ਯੂਥ ਹੈਗਾ ਆ ਉਹਦੀ ਵੋਟਰ ਆਈਡੀ ਜਿਹੜੀ ਨਹੀਂ ਬਣੀ ਹੋਈ ਦੇਖੋ ਜੀ ਤੁਸੀਂ ਆਪਣੇ ਮਾਪੇ ਅੱਗੇ ਰੌਲਾ ਪਾਉਨੇ ਹੋ ਕਿ ਸਾਨੂੰ ਬੁਲਟ ਲੈ ਕੇ ਦੋ ਸਾਨੂੰ ਗੱਡੀ ਲੈ ਕੇ ਦੋ ਸਾਨੂੰ ਆਹ ਕੱਪੜੇ ਲੈ ਕੇ ਦੋ ਸਾਨੂੰ ਉਹ ਫੋਨ ਲੈ ਕੇ ਦੋ ਜਿੱਦ ਕਰਦੇ ਹੋ ਤੁਸੀਂ ਆਪਣੇ ਆਪ ਦੀ ਟੌਰ ਨੂੰ ਇਨਕਰੀਜ਼ ਕਰਨਾ ਚਾਹੁੰਦੇ ਹੋ ਆਪਣਾ ਸਟੇਟਸ ਇਨਕਰੀਜ਼ ਕਰਨਾ ਚਾਹੁੰਦੇ ਹੋ ਤਾ ਸੇਮ ਐਜ਼ ਇਟ ਇਜ਼ ਅਗਰ ਤੁਸੀਂ ਆਪਦੀ ਸਟੇਟ ਦਾ ਆਪਦੀ ਕੰਟਰੀ ਦਾ ਸਟੇਟਸ ਇਨਕਰੀਜ਼ ਕਰਨਾ ਚਾਹੁੰਦੇ ਹੋ ਦੀ ਤਰੱਕੀ ਚਾਹੁੰਦੇ ਹੋ ਕਿ ਤੁਹਾਡੇ ਜਿਹੜੀ ਆ ਸਟੇਟ ਆ ਬਾਹਰਲੇ ਦੇਸ਼ਾਂ ਦੇ ਵਿੱਚ ਅਗਰ ਜਾ ਕੇ ਤੁਸੀਂ ਨਾਂ ਲਗੋ ਨਾਂ ਲਵੋ ਤਾਂ ਪ੍ਰਾਊਡ ਫੀਲ ਹੋਵੇ ਤਾਂ ਉਹਦੇ ਲਈ ਜ਼ਰੂਰੀ ਹੈ ਜੀ ਤੁਸੀਂ ਉਹਦੇ ਇਲੈਕਸ਼ਨ ਵਿੱਚ ਪਾਰਟਿਸਪੇਟ ਕਰੋ ਇਲੈਕਸ਼ਨ ਦਾ ਮਤਲਬ ਡੈਮੋਕ੍ਰੇਟਿਕ ਜਿਹੜੀਆਂ ਆਪਣੀਆਂ ਸਿਸਟਮੈਟਿਕਲ ਨੋਰਮਸ ਚੱਲਦੀਆਂ ਨੇ ਉਹਨਾਂ ਨੂੰ ਅਗਰ ਤੁਸੀਂ ਚੇਂਜ ਕਰਨਾ ਚਾਹੋ ਨੇ ਰੋਲਾ ਪਾਉਣੇ ਹੋ ਕਿ ਸਾਨੂੰ ਨੌਕਰੀ ਨਹੀਂ ਮਿਲਦੀ ਸਾਡੇ ਕੋਲੇ ਆਹ ਫੈਸਿਲਿਟੀ ਨਹੀਂ ਸਾਡੇ ਕੋਲੇ ਉਹ ਫੈਸਿਲਿਟੀ ਨਹੀਂ ਤਾਂ ਫੈਸਿਲਿਟੀ ਲੈਣ ਲਈ ਸਾਨੂੰ ਸਿਸਟਮ ਚੇਂਜ ਕਰਨਾ ਪੈਂਦਾ ਸਿਸਟਮ ਚੇਂਜ ਕਰਨ ਲਈ ਸਾਨੂੰ ਵੋਟ ਪਾਉਣੀ ਪੈਂਦੀ ਹੈ ਲੱਖਾਂ ਦੀ ਹਿਸਾਬ ਨਾਲ ਪੰਜਾਬ ਦਾ ਯੂਥ ਜਿਹੜਾ ਹੈਗਾ ਵੋਟਰ ਆਈਡੀ ਕਾਰਡ ਨਹੀਂ ਹੈਗੀ ਤੁਸੀਂ ਹਰ ਬੰਦਾ ਹਰ ਯੂਥ ਜਿਹੜਾ ਹੈਗਾ ਜਿੱਦ ਕਰ ਸਕਦੇ ਆ ਆਪਣੀਆਂ ਹੋਰ ਫੈਸਿਲਿਟੀਆਂ ਲਈ ਤਾਂ ਅੱਜ 25 ਜਿਹੜਾ ਸਤੰਬਰ ਹੈਗੀ 2016 ਨੂੰ ਹਰ ਪੋਲਿੰਗ ਬੂਥ ਦੇ ਉੱਤੇ ਵੋਟ ਬਣਾਈ ਜਾ ਰਹੀ ਹੈ ਫ੍ਰੀ ਵੋਟ ਬਣਾਈ ਜਾ ਰਹੀ ਹੈ ਤਾਂ ਤੁਸੀਂ ਆਪਣੇ ਮਾਪੇ ਪੱਗੇ ਜੇਤ ਕਰੋ ਇੱਕ ਲੜਕੀਆਂ ਨੂੰ ਖਾਸ ਕਰਕੇ ਮੈਂ ਰਿਕਵੈਸਟ ਕਰਦਾ ਹਾਂ ਮਟੀਆਂ ਨੂੰ ਕਿ ਤੁਸੀਂ ਵੀ ਥੋੜਾ ਜਿਹਾ ਇਸ ਚੀਜ਼ ਚ ਪਾਰਟਿਸਿਪੇਟ ਕਰੋ ਬਰਾਬਰ ਦਾ ਹਿੱਸਾ ਤੁਹਾਡੇ ਲਈ ਵੀ ਆ ਬਰਾਬਰ ਦਾ ਹਿੱਸਾ ਮੁੰਡਿਆਂ ਲਈ ਵੀ ਆ ਤੁਸੀਂ ਵੀ ਆਪਣੇ ਮਾਪੇ-ਬਾਪ ਨੂੰ ਆਖੋ ਵੀ ਸਾਡੀ ਵੋਟ ਚਾਹੀਦੀ ਆ ਬੰਨੀ ਤਾਂ ਇਸ ਚੀਜ਼ ਦਾ ਫਾਇਦਾ ਜ਼ਰੂਰ ਉਠਾਓ ਅਗਰ ਤੁਸੀਂ ਇਸ ਚੀਜ਼ ਦਾ ਫਾਇਦਾ ਨਹੀਂ ਉਠਾਉਂਦੇ ਤਾਂ ਅੱਗੇ ਵੀ ਕੈਂਪੇਨ ਆਉਣਗੀਆਂ ਪਰ ਜ਼ਰੂਰੀ ਹੈ ਜੀ ਤੁਸੀਂ ਆਪਦਾ ਵੋਟ ਰਾਈਟਸ ਜਿਹੜਾ ਹੈਗਾ ਲਵੋ ਤਾਂ ਹੀ ਤੁਹਾਡੇ ਰੋਲਾ ਪਾਉਣ ਦਾ ਫਾਇਦਾ ਅਗਰ ਤੁਹਾਡੇ ਕੋਲ ਵੋਟਰ ਆਈਡੀ ਨਹੀਂ ਹੈਗੀ ਤੁਸੀਂ ਸਿਸਟਮ ਚ ਚੇਂਜ ਕਰਨ ਦੀਆਂ ਗੱਲਾਂ ਕਰ ਸਕਦੇ ਹੋ ਪਰ ਕਰ ਨਹੀਂ ਸਕਦੇ ਸੋ ਅਵੇਅਰ ਹੋਵੋ ਆਪਣੇ ਰਾਈਟਸ ਪ੍ਰਤੀ ਤੇ ਆਪਣੇ ਰਾਈਟਸ ਦਾ ਜਿਹੜਾ ਯੂਜ਼ ਕਰੋ ਤੇ ਜ਼ਰੂਰ ਜਾਓ ਅੱਜ ਆਪਣੇ ਪੋਲਿੰਗ ਬੂਥ ਤੇ ਇਹੀ ਮੇਰੀ ਸਾਰਿਆਂ ਨੂੰ ਰਿਕਵੈਸਟ ਹੈ ਥੈਂਕ ਯੂ